ਕੁਲਜੀਤ ਨਿਹੰਗ ਨੂੰ ਕਹਿਣਾ ਚਾਹੁੰਦੇ ਹਾਂ, ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਇਹ ਕੁਲਜੀਤੇ ਨਿਹੰਗ ਦੇ ਨੱਥ ਪਾਓ। ਤੇ ਕੁਲਜੀਤਿਆ, ਅਸੀਂ ਤੈਨੂੰ ਵੀ ਵੀਡੀਓ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਵੀ ਤੂੰ ਬਾਜ਼ ਆ ਜਾ, ਕਿਉਂ ਅਸੀਂ ਚਿੱਕੜ 'ਚ ਇੱਟ ਨਹੀਂ ਮਾਰਨਾ ਚਾਹੁੰਦੇ। ਠੀਕ ਹੈ ਨਾ, ਤੂੰ ਇੱਕ ਬਾਣਾ ਪਾਇਆ ਹੋਇਆ, ਤੂੰ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ, ਸਿੱਖੀ ਸਰੂਪ ਦੇ ਵਿੱਚ ਆ, ਗੱਲ ਕਰ ਆਪਦੀ ਲੁਤਰੋ ਆ ਜਿਹੜੀ ਜ਼ਬਾਨ ਉਹ ਸੰਭਾਲ ਲਾ, ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ, ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜ਼ਬਾਨ ਪੁੱਟ ਕੇ ਲੈ ਜਾਵਾਂਗੇ। ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਧਾ ਲਾ ਸਕਦੇ ਹਾਂ, ਗੱਲ ਕਰ ਨਹੀਂ, ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ, ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ, ਅਸੀਂ ਉਹਦੇ ਤੇ ਧੱਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜੂਗਾ। ਗੱਲ ਕਰ ਇਹ ਬੰਦਾ ਨਹੀਂ ਬਣਦਾ, ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ, ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ ਦੇ ਨਾਲ, ਉਹ ਤੇਰੇ ਵਰਗੇ ਦੱਲੇ ਬੰਦੇ ਰਲ ਕੇ ਵਿੱਚ ਜੋ ਅੱਜ ਬਾਣਿਆਂ ਦੇ ਵਿੱਚ ਬੰਦੇ ਰਲੇ ਹੋਏ ਆ, ਉਹਨਾਂ ਦੀ ਕੀਤੀ ਹੋਈ ਇਹ ਕਾਰਗੁਜ਼ਾਰੀ ਆ ਜਿਹੜੀ ਅੱਜ ਭਾਈ ਸਾਹਿਬ ਦੇ ਬ੍ਰਦਰ ਤੇ ਹੋਈ ਆ। ਠੀਕ ਹੈ ਨਾ, ਅਸੀਂ ਜਿੰਨਾ ਚਿਕ ਭਾਈ ਸਾਹਿਬ ਬਾਹਰ ਨਹੀਂ ਆਉਂਦਾ ਉਹਨਾਂ ਚਿਕ ਠੰਡੇ ਆ, ਤੇ ਪਹਿਲਾਂ ਵੀ ਠੰਡੇ ਸੀਗੇ, ਹਲੇ ਤੱਕ ਵੀ ਰਵਾਂਗੇ। ਵੀ ਕੁਲਜੀਤਿਆ, ਤੈਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ, ਤੂੰ ਆਪਣਾ ਬਾਜ ਆ ਜਾ, ਨਹੀਂ ਤਾਂ ਤੇਰੇ ਦਿਨ ਕਿਸੇ ਦਿਨ ਬਹੁਤ ਭੈੜੀ ਕਰਾਂਗੇ। ਦੂਜੇ ਤੂੰ ਕੀ ਕਹਿਣਾ, ਤੂੰ ਸਾਨੂੰ ਮੈਂਬਰ ਬਣ ਕੇ ਵਿਖਾ ਦੇ। ਭਾਈ ਸਾਹਿਬ ਨੂੰ 4 ਲੱਖ ਵੋਟਾਂ ਤੇ ਜਿਤਾਇਆ, ਜੋ ਕਿ ਭਾਈ ਸਾਹਿਬ ਜੇ ਕਿਸੇ ਜੋ ਕਹਿ ਕੇ 4 ਲੱਖ ਵੋਟ ਪਈ ਸੀ, ਤੂੰ ਪਿੰਡ ਦਾ ਸਾਨੂੰ ਮੈਂਬਰ ਬਣ ਕੇ ਦੱਸ ਦੀ। ਬਾਕੀ ਤੇਰੇ 'ਚ ਹਿੰਮਤ ਆ ਤਾਂ ਸਾਨੂੰ ਟਾਈਮ ਦੇ ਗੋਲ ਕਿੱਥੇ ਆਈਏ, ਟਾਈਮ ਦੇ ਯੁਰਤ ਵਾਲੀ ਗੱਲ ਕਰ, ਕੋਈ ਬੰਦੇ ਵਾਲੀ ਗੱਲ ਕਰ, ਚੌਲਾ ਮਰੀ ਜਾਂਦਾ ਬਹਿ ਕੇ ਅੰਦਰ ਲੈਬ ਹੋ ਜਾਂਦਾ ਜਦੋਂ ਮਰਜ਼ੀ ਬੋਲੀਆਂ ਨਾ, ਸਾਡੇ ਨਾਲ ਟਾਈਮ ਪਾ ਬੋਲ ਕਿੱਥੇ ਆਈਏ, ਅਸੀਂ ਆਉਣੇ ਆ। ਬਾਕੀ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਨੱਥ ਪਾਉਣੀ ਆ ਤੈਨੂੰ ਪਾ ਲਵੇ, ਨਹੀਂ ਅਸੀਂ ਇਹਦਾ ਸੋਧਾ ਲਾਵਾਂਗੇ। ਜੋ ਜੇ ਤੂੰ ਆਪਣਾ ਬਾਪ ਦੀ ਲਾ ਦੇ ਤਾਂ ਸਾਨੂੰ ਟਾਈਮ ਦੇ, ਫਿਰ ਸਰੇਆਮ ਟਾਈਮ ਦੇ। ਜੇ ਕੱਲੇ ਨੂੰ ਕੱਲਾ ਵੇਖਣਾ ਤਾਂ ਮੈਦਾਨ ਚ ਆ ਜੀ, ਕੱਲੇ ਨੂੰ ਕੱਲਾ ਵੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।